ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆ ਦੇਖੋ ਜੀ, ਭਾਅ ਜੀ ਹੁਣੀ ਆਏ ਆ ਪਹਿਲੇ ਸਿਮ ਦੇ ਵਿੱਚ, ਫਲਾਈਟ ਸੀਗੀ ਪਰਸੋਂ, ਅਤੇ ਇੱਧਰ ਇੱਕ ਭਾਅ ਜੀ ਖੜ੍ਹੇ ਆ, ਇਹ ਆਏ ਆ 3-4 ਦਿਨ ਹੋ ਗਏ ਆ, ਇਹ ਵੀ ਪਹਿਲੇ ਸਿਮ ਵਾਲੇ ਭਾਅ ਜੀ, ਅਤੇ ਕਹਿੰਦੇ ਸ਼ੋਪਿੰਗ ਕਰਨੀ ਆ, ਭੁੱਖ ਲੱਗੀ ਆ, ਕਹਿੰਦੇ ਰੋਟੀ ਬਣਾਉਣ ਨੂੰ ਕੁਛ ਹੈ ਨੀਗਾ, ਅਤੇ ਅੱਜ ਸ਼ੋਪਿੰਗ ਕਰਨ ਆਏ ਆ। ਅਤੇ ਆਹ ਦੇਖੋ ਸਮਾਨ ਰੱਖਿਆ ਆ, ਆਹ ਰਿਫਾਈਂਡ ਪਿਆ ਆ, ਉਹ ਸ਼ੈਂਪੂ ਪਿਆ ਆ, ਅਤੇ ਜ਼ਿਆਦਾਤਰ ਦੇਖ ਰਿਹਾ ਮੈਨੂੰ ਮੈਗੀਆਂ ਦੇਖ ਰਹੀਆਂ, ਕਹਿੰਦੇ ਰੋਟੀ ਵੱਲੇ ਬਣਾਉਣੀ ਨਹੀਂ ਆਉਂਦੀ ਹੈਗੀ, ਤਾਂ ਕਰਕੇ ਮੈਗੀਆਂ ਵਾਲੇ ਰੱਖੀਆਂ। ਕਿੱਧਰ ਦੀ ਲਾਈਨ 'ਚ ਘੁੰਮ ਰਿਹਾ ਬਾਈ, ਅਤੇ ਨਿਆਣਿਆਂ ਵਾਲੀ ਚੀਜ਼ਾਂ ਪਈਆਂ ਇੱਧਰ, ਤਾਂ ਆਇਆ ਤੁਹਾਨੂੰ ਇੱਧਰ ਲੈ ਕੇ ਜਾਂਦੇ ਹਾਂ। ਲਓ ਬਈ, ਹੋਰ ਕੀ ਲੈਣਾ ਜੀ ਤੁਸੀਂ? ਹਲੇ ਸੋਚਦੇ ਪਏ ਆ ਨਾ, ਇੱਧਰ ਫਰੋਜ਼ਨ ਸਮਾਨ ਪਿਆ, ਇੱਧਰ ਜ਼ਿਆਦਾਤਰ ਫਰੋਜ਼ਨ ਸਮਾਨ ਲੈਂਦੇ ਆ, ਕਹਿੰਦੇ ਟਾਈਮ ਘੱਟ ਲੱਗਦਾ ਖਾਣ ਨੂੰ, ਬਣਾਉਣ ਨੂੰ ਵੀ ਟਾਈਮ ਘੱਟ ਲੱਗਦਾ। ਆਹ ਦੇਖੋ ਲੇਜ਼ ਦਾ ਰੇਟ ਦਿਖਾਈਏ ਤੁਹਾਨੂੰ ਕਿੰਨਾ, ਦੇਖੋ ਜੀ $2, ਆਹ ਪੈਕਟ ਤੁਸੀਂ ਜਿਹੜਾ ਖਾਂਦੇ ਉੱਥੇ 50 ਰੁਪਏ ਦਾ ਹੁੰਦਾ ਨਾ ਉੱਥੇ ਬਾਈ, ਤੁਸੀਂ ਲੇਜ਼ ਤਾਂ ਨਹੀਂ ਲੈਣਾ ਯਾਰ, ਇਹ ਭਾਅ ਜੀ ਮੀਰਾ, ਉਹ ਦੇਖੋ ਬ੍ਰੈਡ ਵੀ ਹੈਗੀ ਰੱਖੀ ਵਿੱਚ, ਮੈਗੀ ਖਤਮ ਹੋ ਗਈ ਤਾਂ ਬਾਅਦ 'ਚੋਂ ਬ੍ਰੈਡ ਕਹਿੰਦੇ ਯੂਜ਼ ਕਰਾਂਗੇ। ਬੰਦ ਨਹੀਂ ਕਰਨੀ ਹਲੇ ਵੀਡੀਓ। ਆਹ ਦੇਖੋ ਜੂਸ, ਜੂਸ ਦਾ ਰੇਟ ਦੇਖ ਲਓ ਜੀ, ਆਹ ਦੇਖੋ ਕੋਕ, ਕੋਕ ਅਸਲੀ ਵਾਲੀ ਤਾਂ ਲੱਗਦੀ ਨਹੀਂ ਮੈਨੂੰ ਇਹ। ਹੋਰ ਕੀ ਹੈ ਜੀ ਜਿਹੜਾ ਤੁਸੀਂ ਇੰਡੀਆ ਜ਼ਿਆਦਾ ਸਮਾਨ ਖਾਂਦੇ, ਇੱਥੇ ਵੀ ਹੈਗਾ ਪਿਆ, ਲਓ ਤੁਹਾਨੂੰ ਭੁਜੀਆ ਦਿਖਾਉਣੇ ਤੁਹਾਡਾ। ਆਹ ਦੇਖੋ ਮੈਗੀ ਤੁਹਾਡੀ ਸਪੈਸ਼ਲ ਜਿਹੜੀ ਹੈਗੀ ਡਿਲੀਸ਼ੀਅਸ, ਆਹ ਦੇਖੋ ਪਹਾੜ। ਮੈਂ ਤਾਂ ਇੰਨਾ ਕਹੂੰਗਾ ਜਿਹੜੇ ਇੰਡੀਆ ਤੋਂ ਆ ਰਹੇ ਨਾ, ਮੈਗੀ ਭਰ ਕੇ ਟੈਚੀ ਲਿਆਓ, 20 ਦਾ 20 ਕਿਲੋ ਜਿਹੜਾ ਹੈਗਾ ਆ, ਕੱਪੜੇ ਥੋੜ੍ਹੇ ਲਿਆਓ ਜਿਹਨਾਂ ਰੋਟੀ ਨਹੀਂ ਬਣਾਉਣੀ। ਆਹ ਦੇਖੋ ਭਾਅ ਜੀ ਇੰਨੇ ਜ਼ਿਆਦਾ ਫੈਨ ਆ ਮੈਗੀ ਦੇ, ਦੇਖੋ ਇਹਨਾਂ ਨੇ ਜੈਕਟ ਵੀ ਸੇਮ ਇਹਦੇ ਨਾਲ ਦੀ ਪਈ ਹੋ, ਦੇਖੋ ਇੱਥੇ ਦਾ ਰੇਟ ਹੈਗਾ ਦੇਖ ਲਓ ਜੀ, 0.40 ਸਮਝ ਲਓ ਇੱਕ ਤਰ੍ਹਾਂ ਦਾ ਤੁਸੀਂ। ਇੰਡੀਆ 'ਚ ਇਹੀ 10-15 ਰੁਪਏ ਦੀ ਆ ਛੋਟਾ ਪੈਕਟ, ਅਤੇ ਇੱਥੇ ਹੈਗਾ ਮਹਿੰਗਾ। ਆਹ ਕੁਰਕਰੇ ਦਾ ਰੇਟ ਦੇਖ ਲਓ ਜੀ, ਆਹ 20 ਰੁਪਏ ਦਾ ਹੁੰਦਾ ਜੀ ਉੱਥੇ, ਅਤੇ ਆਹ ਦੇਖੋ ਰੇਟ 0.99 ਮੱਲੋ, $1 ਹੀ ਲਾ ਲਿਆ ਤੁਸੀਂ। ਦੇਖੋ ਜੀ ਇੰਡੀਅਨ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਸ਼ੋਪਿੰਗ ਕਰ ਰਹੇ ਆ, ਹਲੇ GIC ਤੋਂ ਖਰਚਾ ਹੋ ਰਿਹਾ ਸਾਰਾ, ਕੋਈ ਕੰਮ ਨਹੀਂ ਮਿਲਿਆ ਹਲੇ ਤੱਕ। ਅਤੇ ਆਹ ਦੇਖੋ ਅੱਗੇ ਭੁਜੀਆ ਦਿਖਾਉਣੇ ਤੁਹਾਨੂੰ, ਜਿਹੜੇ ਭੁਜੀਆ ਦੇ ਸ਼ੌਕੀਨ ਆ, ਦੇਖੋ ਭੁਜੀਆ, ਆਹ ਹੈਗਾ ਲੂਣਕਾ, ਆਹ ਹੈਗਾ ਮਿੱਠਾ, ਆਹ ਹੈਗਾ ਭਾਅ ਜੀ। ਭਾਅ ਜੀ ਤੁਸੀਂ ਭੁਜੀਆ ਤਾਂ ਲੈਣਾ? ਲੈ ਲਿਆ ਲੱਗਦਾ ਹੈ ਨਾ, ਉਹ ਥੱਲੇ ਦੱਬ ਹੋ ਗਿਆ। ਆਹ ਦਹੀਂ ਵੀ ਦਿਖਾਇਆ, ਦਹੀਂ ਦਿਖਾਈਏ। ਆਹ ਦੇਖੋ ਇਹ ਦਹੀਂ, ਇੱਥੇ ਮਿਲਾਵਟੀ 2% ਮਿਲਦਾ ਦੇਖ ਲਓ, ਓਰੀਜਨਲ ਦਹੀਂ ਨਹੀਂ ਹੈਗਾ ਇਹ, ਪਰ ਖਾਣ ਯੋਗਾ ਹੈਗਾ ਕਿ ਬੰਦਾ ਖਾ ਲਵੇ। ਅਤੇ ਦੇਖ ਲਓ ਜੀ ਇੱਥੇ ਕੰਮ ਵੀ ਕਰਦੇ ਆ ਇੰਟਰਨੈਸ਼ਨਲ ਸਟੂਡੈਂਟ। ਹੋਰ ਹੈਲੋ ਬ੍ਰੋ, ਹਾਊ ਆਰ ਯੂ? ਗੁੱਡ।